ਪੰਚਾਇਤ ਵੱਲੋਂ ਤੇ ਅੱਜ ਜਿਹੜਾ ਇੱਕ ਟਰੱਕ ਨੂੰ ਘਿਰਿਆ ਗਿਆ ਝੋਨਾ ਦੇ ਵਿੱਚ ਲੱਦਿਆ ਹੋਇਆ, ਕੀ ਮਸਲਾ ਸੀਗਾ ਜੀ? ਇਹ ਮਸਲਾ ਜੀ, ਮੈਂ ਲਖਵੀਰ ਸਿੰਘ, ਜਨ ਸੈਕਟਰੀ ਗ੍ਰਾਮ ਗਰੁੱਪ ਭਾਰਤੀ ਕਿਸਾਨ ਯੂਨੀਅਨ ਏਕਤਾ, ਮੈਂ ਉਸ ਟਾਈਮ ਦੇ ਉੱਤੋਂ ਜਦੋਂ ਮੇਰੇ ਸਾਥੀਆਂ ਨੇ ਮੇਰੇ ਪਿੰਡ ਦੇ ਮੋਹਤਵਾਰ ਲੋਕਾਂ ਨੇ ਟਰੱਕ ਘਿਰਿਆ, ਤਾਂ ਉਸ ਟਾਈਮ ਮੈਂ ਘਰ ਦੇ ਘਰੇ ਸੀਗਾ। ਸੋ ਮੈਨੂੰ ਇੱਥੋਂ ਫੋਨ ਗਿਆ, ਫੋਨ ਜਾਣ 'ਤੇ ਪਤਾ ਲੱਗਾ ਤਾਂ ਅਸੀਂ ਵੀ ਇੱਥੇ ਪੰਪ ਦੇ ਉੱਤੇ ਆਏ, ਔਰ ਆ ਕੇ ਜਦੋਂ ਵੇਖਿਆ ਵੀ ਇਹ ਝੋਨਾ ਜਿਹੜਾ ਕਿ ਬਾਹਰੋਂ ਆਇਆ ਹੋਇਆ ਸੀ, ਬਾਹਰੋਂ ਆਇਆ ਸੀ ਕਿ ਇਹ ਜਿਹੜਾ ਝੋਨਾ ਸੀ ਬਾਰਾਬੰਕੀ ਤੋਂ ਬਾਹਰ ਯੂਪੀ ਤੋਂ ਆਇਆ ਹੋਇਆ ਸੀਗਾ ਝੋਨਾ। ਜਦੋਂ ਅਸੀਂ ਇਹਨਾਂ ਦੇ ਸਾਰੇ ਕਾਗਜ਼ ਪੱਤਰ ਵੇਖੇ ਤਾਂ ਪਤਾ ਲੱਗਾ ਯੂਪੀ ਤੋਂ ਆਇਆ। ਇਹ ਝੋਨਾ ਬਹੁਤ ਮਾੜਾ ਹੈ, ਜਦਕਿ ਸਾਡਾ ਝੋਨਾ ਅਜੇ ਘੱਟ ਤੋਂ ਘੱਟ ਵੀ ਸਾਡਾ 80% ਝੋਨਾ ਅਜੇ ਵੱਢਣ ਵਾਲਾ ਪਿਆ, ਔਰ ਸਾਡਾ ਝੋਨਾ ਜਿਹੜਾ ਪਰ ਸੋਨੇ ਵਰਗਾ ਹੈ। ਸਾਨੂੰ ਉਹ ਵੀ ਖਦਸ਼ਾ ਹੈ ਵੀ ਜੇ ਬਾਹਰੋਂ ਝੋਨਾ ਇਹਨਾਂ ਨਾਲ ਆ ਕੇ 100-200 ਟਰੱਕ 400 ਹਨੇਰੇ ਕੁ ਵੇਲੇ ਆ ਕੇ ਝੋਨਾ ਜੇ ਇੱਥੇ ਵਿਕਦਾ ਰਿਹਾ ਤਾਂ ਸਾਡਾ ਜਿਹੜਾ ਸਾਡੇ ਕਿਸਾਨਾਂ ਦਾ ਝੋਨਾ ਜਿਹੜਾ ਪੁੱਤਾਂ ਵਾਂਗੂ ਪਾਲਿਆ ਹੋਇਆ ਝੋਨਾ ਸਾਡੇ ਵਿਕਣ ਦਾ ਇਹ ਖਦਸ਼ਾ ਹੈ। ਸੋ ਅਸੀਂ ਇਹੋ ਹੀ ਮੰਗ ਕਰਦੇ ਹਾਂ, ਜਿਹੜਾ ਬਾਹਰੋਂ ਝੋਨਾ ਆ ਰਿਹਾ ਇਹਨੂੰ ਬੰਦ ਕੀਤਾ ਜਾਵੇ, ਔਰ ਸਾਡੀ ਫਸਲ ਹੈ ਜਿਹੜੀ ਸਮੇਂ ਸਿਰ ਇਸ ਨੂੰ ਖਰੀਦਿਆ ਜਾਵੇ। ਸੋ ਸਾਡੀ ਕਿਸਾਨ ਜੀ ਨਾਲ ਇਹੋ ਹੀ ਮੰਗ ਆ ਵੀ ਜੋ ਸਰਕਾਰਾਂ ਇਹ ਚਾਲਾਂ ਚੱਲ ਰਹੀਆਂ, ਇਹ ਵਪਾਰੀਆਂ ਨਾਲ ਰਲ ਕੇ ਕਿਸਾਨ ਦੀ ਲੁੱਟ ਕਰਾ ਰਹੀਆਂ, ਇਸ ਲੁੱਟ ਨੂੰ ਬੰਦ ਹੋਣਾ ਚਾਹੀਦਾ। ਅਸੀਂ ਤਾਂ ਇਹੋ ਮੰਗ ਕਰਦੇ। ਇਹਦੇ ਬਾਰੇ ਕੋਈ ਥਾਣੇ ਨੂੰ ਸੂਚਿਤ ਕੀਤਾ? ਅਜੇ ਥਾਣੇ ਨੂੰ ਕੋਈ ਸੂਚਿਤ ਕੀਤਾ, ਉਹ ਮੈਂ ਪੰਚਾਇਤ ਨਾਲ ਗੱਲਬਾਤ ਕਰਕੇ ਅਸੀਂ ਸਾਰੇ ਆਪਦੇ ਪਿੰਡ ਦੇ ਪੰਚਾਇਤ ਦੇ ਮੋਹਤਵਰ ਗੱਲ ਕਰਕੇ ਫਿਰ ਲਾਇਆ ਗਿਆ ਮੰਡੀ ਮੇ। ਕਿਆ ਕਿਸ ਬਾਤ ਕੇ ਲਈ ਲਾਇਆ ਗਿਆ, ਕਿਆ ਬੋਲ ਰਹੇ ਹੋ? जी हम पंप पर खड़े थे और वहाँ पे गए थे, तो इन्होंने पूछा है कहाँ से आया कहाँ से नहीं, तो हमारे को आप उन्हें बिल्टी वगैरह जो भी कुछ है सब कुछ दे दिया। मन की अब आप देख लो जो कुछ इसमें है, एड्रेस जहाँ से आया है सब कुछ, तो हमने इनको बता दिया है, तो ये मंडी ले आया हमारे को। अब हम मंडी में आ गए हैं, तो अब इनने जो भी कुछ करा है इनने ही करा है। अब कितनी देर हो गई यहाँ पे मंडी में? यहाँ पे काफी देर हो गई। तो कहाँ से आए हो आप? ये बिल्टी में लिख रहा है, इतना पढ़ा नहीं हूँ मैं। नहीं, आप कहाँ से आए? आपको तो पता होगा ना कहाँ से आए हो आप? अपन उधर से आए, गुड़गांव से पास में। कहाँ से भरा था ट्रक ये? ये यूपी से। यूपी में कहाँ से? ये मालूम नहीं है, बिल्टी पे लिख रहा है जी। नहीं तो ये तो बोल रहे फिर आपको जब खुद ही नहीं पता तो बिल्टी तो मेरे को वहाँ से दूसरा ड्राइवर लेकर आया इसको, मैं तो रास्ते से लेकर आ रहा हूँ।